ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੂਟਿਊਬ ਚੈਨਲ ਤੇ ਆਪ ਸਭ ਵੀਰਾਂ ਦਾ ਸਵਾਗਤ ਹੈ ਜੀ। ਤੇ ਜੋ ਵੀਰਾਂ ਨੇ ਬਹੁਤ ਜ਼ਿਆਦਾ ਮੈਸੇਜ ਤੇ ਫੋਨ ਕਾਲ ਕਰਕੇ ਕਿਹਾ ਸੀ ਵੀ ਆਹ ਵਾਲੀ ਪੱਗ ਦੀ ਵੀਡੀਓ ਹੈ ਅਪਲੋਡ ਕਰੋ, ਸੋਰੀ ਵੀਰੇ ਥੋੜ੍ਹਾ ਜਿਹਾ ਟਾਈਮ ਲੱਗ ਗਿਆ ਤੇ ਅੱਜ ਆਪਾਂ ਇਹ ਵੀਡੀਓ ਲੈ ਕੇ ਆਏ ਹਾਂ ਜੀ। ਇਹ ਜੋ ਪੱਗ ਆ ਜੀ ਅੰਮ੍ਰਿਤਸਰ ਸ਼ਾਹੀ ਸਟਾਈਲ ਕਹਿੰਦੇ ਆ ਜੀ। ਅਤੇ ਜੋ ਪੇਜ ਹੁੰਦੇ ਨੇ ਇਹਦੇ ਵਿੱਚ ਇੱਕ ਪੇਜ ਮੋਟਾ ਅਤੇ ਇੱਕ ਪੇਜ ਪਤਲਾ ਹੁੰਦਾ, ਡਬਲ ਪੇਜ ਕੱਢੇ ਹੁੰਦੇ ਨੇ, ਟੋਟਲ 4 ਪੇਜ, ਅਤੇ ਉਹਨਾਂ ਦੇ ਦੋ ਦੋ ਪੇਅਰ ਬਣਾ ਕੇ ਲਗਾਏ ਹੁੰਦੇ ਨੇ। ਅਤੇ ਜੋ ਇਹ ਪੇਜ ਨੇ ਇਹਦੇ ਲਈ ਪੂਣੀ ਦੇ ਵਿੱਚੋਂ ਇੱਕ ਪੇਜ ਦੇ ਵਿੱਚੋਂ 4 ਪੇਜ ਕੱਢ ਲੈਣੇ ਨੇ। ਉਸ ਤੋਂ ਬਾਅਦ ਜੋ 4 ਪੇਜ ਕੱਢੇ ਨੇ ਉਹਨਾਂ ਨੂੰ ਸੈੱਟ ਕਰਕੇ ਰੱਖ ਲੈਣਾ ਹੈ। ਉਸ ਤੋਂ ਬਾਅਦ ਜੋ ਸਭ ਤੋਂ ਪਹਿਲਾ ਪੇਜ ਹੈ ਉਸਨੂੰ ਪਿੱਚ ਨੂੰ ਫੋਲਡ ਕਰਕੇ ਮੋਟਾ ਕਰ ਲੈਣਾ ਹੈ, ਉਹਦੇ ਬਿਲਕੁਲ ਉੱਪਰ ਪਤਲੀ ਤਹਿ ਨਾਲ ਇੱਕ ਪੇਅਰ ਬਣਾ ਦੇਣਾ ਹੈ। ਉਸ ਤੋਂ ਬਾਅਦ ਦੂਸਰੇ ਪੇਅਰ ਬਣਾਉਣ ਦੇ ਲਈ ਜੋ ਤੀਸਰਾ ਲੜ ਹੋਏਗਾ ਤਹਿ ਵਾਲਾ ਉਹਨੂੰ ਵਿੱਚ ਨੂੰ ਫੋਲਡ ਕਰ ਲੈਣਾ ਹੈ, ਵਿੱਚ ਨੂੰ ਫੋਲਡ ਕਰਕੇ ਮੋਟਾ ਕਰ ਲੈਣਾ ਹੈ, ਉਹਦੇ ਉੱਤੇ ਪਤਲੀ ਤਹਿ ਵਾਲਾ ਲੜ ਲਗਾ ਕੇ 4 ਲੜਾਂ ਨੂੰ 2 ਪੇਅਰ ਦੇ ਵਿੱਚ ਬੰਨ ਲੈਣਾ ਹੈ, ਇੱਕ ਮੋਟਾ ਇੱਕ ਪਤਲਾ, ਮੋਟਾ ਪਤਲਾ ਲੜ, ਜੋ ਮੋਟਾ ਪਤਲਾ ਲੜ ਲਗਾਏ ਨੇ ਉਹਨਾਂ ਨੂੰ ਬਿਲਕੁਲ ਨੇੜੇ, ਅਤੇ ਉਸ ਤੋਂ ਬਾਅਦ ਜੋ ਅਗਲੇ 2 ਲੜਾਂ ਦਾ ਪੇਅਰ ਬਣਾਇਆ ਉਹਨਾਂ ਨੂੰ ਥੋੜ੍ਹਾ ਜਿਹਾ ਗੈਪ ਛੱਡ ਕੇ ਲਗਾ ਦੇਣਾ ਹੈ, ਜਿਸ ਤਰ੍ਹਾਂ ਵੀਡੀਓ ਵਿੱਚ ਦਿਖਾਇਆ ਜਾ ਰਿਹਾ ਹੈ। ਜੋ ਪੇਅਰ ਬਣਾਏ ਸੀ ਉਹਨਾਂ ਦੇ ਵਿੱਚ ਜੋ ਸਭ ਤੋਂ ਪਹਿਲਾ ਲੜ ਸੀ ਉਹਨਾਂ ਦੋਹਾਂ ਦਾ ਫਾਸਲਾ ਇੱਕੋ ਜਿਹਾ ਅਤੇ ਦੂਸਰਿਆਂ ਦਾ ਫਾਸਲਾ ਇੱਕੋ ਜਿਹਾ ਕਰਕੇ ਲਗਾ ਦੇਣਾ ਹੈ। ਬਾਜ ਦੀ ਮਦਦ ਦੇ ਨਾਲ ਜੋ ਪੇਚ ਨੇ ਉਹਨਾਂ ਦੀ ਜੋ ਸਫਾਈ ਹੈ ਉਹ ਨਾਲ ਦੀ ਨਾਲ ਕਰ ਲੈਣੀ ਹੈ। ਅਤੇ ਜੋ ਬਾਜ ਫੇਰ ਰਹੇ ਹਲਕਾ ਜਾਂ ਹਲਕੇ ਹੱਥ ਨਾਲ ਫੇਰਨਾ, ਧਿਆਨ ਰਹੇ ਕੋਈ ਪੇਚ ਵਿੱਚ ਇਕੱਠਾ ਨਾ ਹੋ ਜਾਵੇ। ਇਹਦੇ ਨਾਲ ਪੇਚਾਂ ਦੀ ਜੋ ਮੋਟਾਈ ਹੈ ਉਹ ਵੀ ਇੱਕੋ ਜਿਹੀ ਕਰ ਲੈਣੀ ਹੈ, ਜਿਸ ਤਰ੍ਹਾਂ ਪੇਚ 3D ਕਰਦੇ ਹਾਂ ਉਸ ਤਰ੍ਹਾਂ ਹਲਕਾ ਜਿਹਾ ਇਹਨੂੰ ਪਿੰਚ ਕਰ ਦੇਣਾ ਹੈ। ਇਹਦੇ ਨਾਲ ਜੋ ਮੋਟੇ ਲੜ ਬਣਾਏ ਹੋਏ ਨੇ ਉਹਨਾਂ ਦੇ ਉੱਪਰ ਦੇ ਨਾਲ ਜੋ ਪਤਲਾ ਪੱਲਾ ਆਪਾਂ ਨਾਲ ਲਾਇਆ ਹੈ ਉਹਨਾਂ ਦੇ ਪੇਅਰ ਨੇ ਹੋਰ ਸੋਹਣੇ ਬਣ ਜਾਣਗੇ। ਅਗਲਾ ਲੜ ਜੋ ਪਹਿਲਾ ਲੜ ਲਗਾਇਆ ਸੀ ਉਹਦੇ ਬਿਲਕੁਲ ਉੱਪਰ ਲੈ ਜਾਣਾ ਹੈ, ਤਰੀਕਾ ਉਹੀ ਜੋ ਪਹਿਲੇ ਲੜ ਦੇ ਵਿੱਚ ਬੋਲ ਕੇ ਦੱਸਿਆ ਸੀ। ਪੂਣੀ ਦੇ ਵਿੱਚੋਂ 4 ਪੱਲੇ ਕੱਢਣੇ ਨੇ, ਚਾਰਾਂ ਪੱਲਿਆਂ ਨੂੰ ਸੈੱਟ ਕਰਕੇ ਇੱਕੋ ਜਿਹਾ ਕਰਕੇ ਅੱਗੇ ਲੈ ਆਉਣਾ ਹੈ। ਜਦੋਂ ਚਾਰੇ ਪੱਲੇ ਪੂਰੀ ਸਫਾਈ ਦੇ ਨਾਲ ਇੱਕੋ ਜਿਹੇ ਹੋ ਕੇ ਸਾਹਮਣੇ ਲੈ ਆਉਂਦੇ, ਉਸ ਤੋਂ ਬਾਅਦ ਜੋ ਸਭ ਤੋਂ ਪਹਿਲਾਂ ਵਾਲਾ ਪੱਲਾ ਹੈ ਉਸਨੂੰ ਵਿੱਚ ਨੂੰ ਹੋਲਡ ਕਰਕੇ ਮੋਟਾ ਕਰ ਲੈਣਾ ਹੈ, ਉਹਦੇ ਉੱਪਰ ਇੱਕ ਪਤਲਾ ਲੜ ਵਾਲਾ ਪੱਲਾ ਖਿੱਚ ਕੇ ਲਗਾ ਲੈਣਾ ਹੈ, ਉਹਨਾਂ ਨੂੰ ਬਿਲਕੁਲ ਨੇੜੇ ਕਰਕੇ ਲਗਾਉਣਾ ਹੈ। ਉਸ ਤੋਂ ਬਾਅਦ ਦੋ ਜੋ ਪੱਲੇ ਰਹਿ ਗਏ ਨੇ ਉਹਨਾਂ ਦੇ ਵਿੱਚੋਂ ਫਿਰ ਜੋ ਪਹਿਲਾ ਪੱਲਾ ਫੜਨਾ ਹੈ ਉਸਨੂੰ ਫੋਲਡ ਕਰਕੇ ਮੋਟਾ ਕਰ ਲੈਣਾ ਹੈ, ਅਤੇ ਉਹਦੇ ਉੱਤੇ ਜੋ ਦੂਸਰਾ ਪੱਲਾ ਹੈ ਉਹ ਪਤਲਾ ਲਗਾ ਦੇਣਾ ਹੈ। ਅਤੇ ਜੇਕਰ ਕੋਈ ਵੀ ਪੱਲਾ ਜਿਸ ਤਰ੍ਹਾਂ ਪੇਚਾਂ ਦੇ ਵਿੱਚ ਕੋਈ ਪੇਚ ਮੋਟਾ ਨਹੀਂ ਹੁੰਦਾ, ਬਾਜ ਦੀ ਮਦਦ ਦੇ ਨਾਲ ਉਹਨੂੰ ਹਲਕਾ ਜਿਹਾ ਬਾਜ ਦੇ ਨਾਲ ਮੋੜ ਕੇ ਵੀ ਸੈੱਟ ਕਰ ਸਕਦੇ ਹਾਂ। ਪੱਗ ਦੀ ਜੋ ਲੈਂਥ ਹੈ 7 ਮੀਟਰ ਹੈ ਜੀ, ਅਤੇ ਪੱਗ ਦਾ ਕੱਪੜਾ ਰੂਬੀਆ ਵੈਲ ਹੈ, ਹਲਕਾ ਜਿਹਾ ਪਾਣੀ ਪੱਗ ਨੂੰ ਲਗਾਇਆ ਹੋਇਆ ਹੈ।
ਪੂਣੀ ਦਾ ਤਰੀਕਾ ਬਿਲਕੁਲ ਸਿੰਪਲ ਕੀਤਾ ਗਿਆ ਜੀ। ਕਈ ਵੀਰ ਕਹਿੰਦੇ ਆ ਵੀ ਕੋਈ ਪੂਣੀ ਦਾ ਚੱਕਰ ਨਹੀਂ ਜੀ, ਪੂਣੀ ਸਾਰੀਆਂ ਪੱਗਾਂ ਦੇ ਵਿੱਚ ਬਿਲਕੁਲ ਸਿੰਪਲ ਤਰੀਕੇ ਨਾਲ ਕੀਤੀ ਜਾਂਦੀ ਹੈ। ਜੋ ਵੀ ਟਿਪਸ ਨੇ ਆਪ ਜੀ ਨੂੰ ਬੋਲ ਕੇ ਨਾਲ ਦੀ ਨਾਲ ਦੱਸੇ ਜਾਂਦੇ ਆ ਜੀ। ਜਿਸ ਤਰ੍ਹਾਂ ਵੀਡੀਓ ਦੇਖ ਰਹੇ ਹੋ ਨਾਲ ਦੀ ਨਾਲ ਬੋਲ ਕੇ ਦੱਸਿਆ ਜਾਂਦਾ, ਉਹਨੂੰ ਨਾਲ ਦੀ ਨਾਲ ਧਿਆਨ ਨਾਲ ਸੁਣਿਆ ਕਰੋ। ਜਿਸ ਤਰ੍ਹਾਂ ਵੀਡੀਓ ਦੇ ਵਿੱਚ ਨਾਲ ਦੀ ਨਾਲ ਆਵਾਜ਼ ਦੀ ਵਰਤੋਂ ਕੀਤੀ ਗਈ ਆ, ਇਹਦੇ ਨਾਲ ਪੇਚਾਂ ਦੀ ਜੋ ਸਫਾਈ ਹੈ ਉਹ ਹੋ ਜਾਂਦੀ ਆ, ਪੇਚਾਂ ਦੀ ਮੋਟਾਈ ਇੱਕੋ ਜਿਹੀ ਹੋ ਜਾਂਦੀ ਆ। ਜਿਸ ਤਰ੍ਹਾਂ ਕਿ ਹਲਕਾ ਹਲਕਾ ਪਿੰਚ ਕੀਤੇ ਜਾਂਦੇ ਨੇ ਲੜ, ਜਿਸ ਤਰ੍ਹਾਂ ਆਮ ਆਪਾਂ ਅੰਮ੍ਰਿਤਸਰੀ ਸਾਈ ਪੱਗ ਬੰਨਦੇ ਆ, ਉਹਦੇ ਵਿੱਚ ਆਪਾਂ 3D ਕਰਨ ਲਈ ਪਿੰਚ ਕਰਦੇ ਹਾਂ, ਇਹਦੇ ਵਿੱਚ ਵੀ ਜੋ ਇੱਕ ਮੋਟਾ ਅਤੇ ਇੱਕ ਪਤਲਾ ਪੱਲਾ ਲਗਾਏ ਨੇ, ਉਹਨਾਂ ਨੂੰ ਪਿੰਚ ਕਰਕੇ ਉਹਨਾਂ ਦੀ ਸ਼ੇਪ ਹੈ ਜੋ ਹੋਰ ਸੋਹਣੀ ਬਣ ਜਾਵੇਗੀ। ਉਸ ਤੋਂ ਬਾਅਦ ਜੋ ਅਗਲਾ ਲੜ ਲਗਾਉਣਾ ਹੈ, ਉਹਨੂੰ ਜੋ ਪਹਿਲਾਂ ਲੜ ਲਗਾਇਆ ਉਹ ਤੋਂ ਥੋੜ੍ਹਾ ਜਿਹਾ ਥੱਲੇ ਰੱਖ ਲੈਣਾ ਹੈ। ਅਤੇ ਤਰੀਕਾ ਵੀਰ ਸਾਰਿਆਂ ਨੂੰ ਫੇਰ ਦੱਸ ਦਈਏ ਜੀ, ਸੇਮ ਤਰੀਕਾ ਪਹਿਲਾਂ ਵਾਲਾ, ਉਹੀ ਪੂਣੀ ਦੇ ਵਿੱਚੋਂ ਚਾਰ ਪੱਲੇ ਕੱਢ ਲੈਣੇ ਨੇ, ਚਾਰਾਂ ਪੱਲਿਆਂ ਨੂੰ ਸਾਹਮਣੇ ਲੈ ਆਉਣਾ ਹੈ, ਸਫਾਈ ਕਰ ਲੈਣੀ ਹੈ ਚੰਗੀ ਤਰ੍ਹਾਂ ਸੈੱਟ ਕਰਕੇ ਜੋ ਸਾਹਮਣੇ ਲੈ ਆਉਂਦੇ। ਉਸ ਤੋਂ ਬਾਅਦ ਸਭ ਤੋਂ ਪਹਿਲਾਂ ਜੋ ਪਹਿਲਾ ਪੱਲਾ ਹੈ ਉਸਨੂੰ ਵਿੱਚ ਨੂੰ ਮੋੜ ਕੇ ਫੋਲਡ ਕਰਕੇ ਸੈੱਟ ਕਰ ਲੈਣਾ ਹੈ। ਉਸ ਤੋਂ ਬਾਅਦ ਅਗਲੇ ਪੱਲੇ ਨੂੰ ਸੈੱਟ ਕਰਨਾ ਹੈ, ਦੋ ਪੱਲੇ ਜੋ ਇੱਕ ਪੇਅਰ ਬਣ ਜਾਂਦਾ ਹੈ, ਉਸ ਤੋਂ ਬਾਅਦ ਜੋ ਅਗਲੇ ਦੋ ਨੇ ਉਹਨਾਂ ਨੂੰ ਇਸੇ ਤਰ੍ਹਾਂ ਸੈੱਟ ਕਰ ਲੈਣਾ ਹੈ। ਜਦੋਂ ਚਾਰਾਂ ਪੱਲਿਆਂ ਨੂੰ ਜੋ ਆਪਾਂ ਪੇਚ ਕੱਢੇ ਨੇ ਸੈੱਟ ਕਰ ਲੈਂਦੇ ਹਾਂ, ਉਸ ਤੋਂ ਬਾਅਦ ਇੱਕ ਪੇਚ ਨੂੰ ਮੋਟਾ ਕਰ ਦੇਣਾ ਹੈ, ਦੂਸਰੇ ਨੂੰ ਉਹਦੇ ਉੱਪਰ ਲਗਾ ਦੇਣਾ ਹੈ ਬਿਲਕੁਲ। ਉਸ ਤੋਂ ਬਾਅਦ ਜਦੋਂ ਇੱਕ ਪੇਅਰ ਬਣ ਜਾਂਦਾ ਹੈ, ਉਦੋਂ ਅਗਲੇ ਜੋ ਦੋ ਲੜ ਰਹਿ ਗਏ ਉਹਨਾਂ ਦੇ ਵਿੱਚੋਂ ਵੀ ਇੱਕ ਪੇਚ ਨੂੰ ਮੋਟਾ ਕਰ ਦੇਣਾ ਹੈ, ਅਤੇ ਜੋ ਇੱਕ ਪੇਚ ਰਹਿ ਗਿਆ ਉਹਦੇ ਉੱਪਰ ਕਰਕੇ ਲਗਾ ਦੇਣਾ ਹੈ। ਨਾਲ ਦੀ ਨਾਲ ਸਫਾਈ ਦੇ ਲਈ ਆਵਾਜ਼ ਦੀ ਮਦਦ ਲੈ ਸਕਦੇ ਹਾਂ। ਬਹੁਤ ਵੀਰਾਂ ਨੇ ਇਹ ਪੱਗ ਦੇ ਲਈ ਕਿਹਾ ਸੀ ਵੀ ਪੱਗ ਦੀ ਜੋ ਵੀਡੀਓ ਅਪਲੋਡ ਕਰੋ, ਅਤੇ ਅੱਜ ਵੀਰ ਆਪਾਂ ਇਹ ਵੀਡੀਓ ਲੈ ਕੇ ਆਏ ਹਾਂ ਜੀ। ਕੋਸ਼ਿਸ਼ ਕਰਾਂਗੇ ਜੀ ਇਸ ਤੋਂ ਬਾਅਦ ਜੋ ਵੀਰ ਕਹਿੰਦੇ ਆ ਜੀ ਮਲਟੀਪਲ ਪੇਚਾਂ ਵਾਲੀ ਜੋ ਵੀਡੀਓ ਪੱਗ ਦੀ ਉਹ ਵੀ ਅਪਲੋਡ ਕਰੀਏ। ਜਦੋਂ ਕਿਤੇ ਵੀ ਟਾਈਮ ਲੱਗਦਾ ਟਾਈਮ ਕੱਢ ਕੇ ਵੀਡੀਓ ਅਪਲੋਡ ਕਰ ਦਈਦੀਆਂ ਨੇ ਜੀ। ਵਾਅਦਾ ਰਿਹਾ ਜੀ ਅੱਗੇ ਤੋਂ ਵੀ ਜੋ ਆਪ ਜੀ ਦੇ ਕਹਿ ਰਹੇ ਹੋ ਉਹਦੇ ਆਧਾਰ 'ਤੇ, ਫਰਮਾਇਸ਼ 'ਤੇ ਜਾਂ ਜੋ ਸਟਾਈਲ ਰਹਿ ਗਏ ਨੇ ਤਕਰੀਬਨ, ਅਤੇ ਉਹਨਾਂ ਦੀਆਂ ਵੀਡੀਓ ਵੀ ਜਲਦੀ ਲੈ ਕੇ ਆਪਾਂ ਹਾਜ਼ਰ ਹੋਵਾਂਗੇ ਜੀ। ਜਿਸ ਤਰ੍ਹਾਂ ਕਿ ਆਵਾਜ਼ ਦੀ ਮਦਦ ਨਾਲ ਦੇਖ ਰਹੇ ਹੋ, ਜੇ ਕਿਤੋਂ ਕੋਈ ਲੜ ਪਤਲਾ ਹੈ ਉਹਨੂੰ ਆਵਾਜ਼ ਨਾਲ ਵਿੱਚ ਨੂੰ ਫੋਲਡ ਕਰਕੇ ਮੋਟਾ ਕਰ ਲਿਆ ਹੈ। ਜੋ ਵੀਰ ਫੁੱਲ ਵੈਲ ਬੰਨਦੇ ਆ ਜੀ ਉਹਨਾਂ ਲਈ ਬੇਨਤੀ ਹੈ ਜੀ, ਜੇਕਰ ਤੁਸੀਂ ਫੁੱਲ ਵੈਲ ਦੇ ਵਿੱਚ ਆਹ ਸਟਾਈਲ ਟਰਾਈ ਕਰੋਗੇ, ਫੁੱਲ ਵੈਲ ਦਾ ਕੱਪੜਾ ਹਲਕਾ ਹੋਣ ਕਰਕੇ ਜੋ ਪੇਚਾਂ ਦੇ ਵਿੱਚ ਮੋਟਾਈ ਹੈ ਉਹ ਥੋੜ੍ਹੀ ਜਿਹੀ ਘੱਟ ਆ ਸਕਦੀ ਹੈ। ਰੂਬੀਆ ਵੈਲ ਜੋ ਇਹ ਪੱਗਾ ਜਾਂ ਰੂਬੀਆ ਬੰਨਦੇ ਆ ਜੋ ਵੀਰ, ਉਹਨਾਂ ਦੀ ਮੋਟਾਈ ਹੈ ਜੋ ਫੁੱਲ ਵੈਲ ਨੂੰ ਜ਼ਿਆਦਾ ਵੀ, ਕਿਉਂਕਿ ਜੇ ਕੱਪੜਾ ਥੋੜ੍ਹਾ ਜਿਹਾ ਹੈਵੀ ਹੁੰਦਾ ਫੁੱਲ ਵੈਲ ਨੂੰ, ਪੱਗ ਦੀ ਸ਼ੇਪ ਦਾ ਵੀ ਫਰਕ ਪੈਂਦਾ ਜੀ। ਜਿਸ ਤਰ੍ਹਾਂ ਦੇਖ ਰਹੇ ਹੋ ਇੱਕ ਮੋਟਾ ਲੜ ਲਗਾ ਲੈਣਾ ਹੈ, ਉਹਦੇ ਉੱਤੇ
ਜੋ ਪਤਲਾ ਪੇਚ ਹੈ ਉਹਦੇ ਬਿਲਕੁਲ ਉੱਪਰ ਲਿਆਉਣਾ ਹੈ। ਉਸ ਤੋਂ ਬਾਅਦ ਉਸਨੂੰ ਹਲਕਾ ਜਿਹਾ ਪਿੰਚ ਕਰਕੇ ਲਗਾ ਲੈਣਾ ਹੈ। ਉਸ ਤੋਂ ਬਾਅਦ ਜੋ ਦੋ ਲੜ ਹੋਰ ਕੱਢੇ ਸੀ ਉਹਨਾਂ ਨੂੰ ਵੀ ਸੇਮ ਇਸੇ ਤਰੀਕੇ ਨਾਲ ਲਗਾ ਲੈਣਾ ਹੈ। ਟੋਟਲ ਇੱਕ ਪੇਜ ਦੇ ਵਿੱਚ ਚਾਰ ਪੇਜ ਨਿਕਲਣਗੇ, ਲੱਗਣਗੇ ਵੀ ਚਾਰ, ਬਸ ਥੋੜ੍ਹਾ ਜਿਹਾ ਡਿਜ਼ਾਈਨ ਦਾ ਫਰਕ ਆ, ਉਹਨਾਂ ਨੂੰ ਨੇੜੇ ਕਰਕੇ ਲਗਾ ਲੈਣਾ ਹੈ। ਬਾਕੀ ਜੋ ਵੀਰ ਵੀਡੀਓ ਦੇਖ ਰਹੇ ਨੇ ਜੀ, ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਜੀ, ਧੰਨਵਾਦ। ਅਤੇ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਜੀ, ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅਤੇ ਜੋ ਲੇਟੈਸਟ ਵੀਡੀਓ ਆਪਣੀਆਂ ਪੱਗ ਦੀਆਂ ਆਉਣਗੀਆਂ ਉਹ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਜਾਣਗੀਆਂ। ਉਸ ਤੋਂ ਬਾਅਦ ਜੋ ਅਗਲਾ ਲੜ ਲਗਾਉਣਾ ਹੈ, ਪੱਗ ਦੀ ਸ਼ੇਪ ਜਿਸ ਤਰ੍ਹਾਂ ਪਟਿਆਲਾ ਸ਼ਾਹੀ ਸ਼ੇਪ ਹੁੰਦੀ ਹੈ, ਇੱਕ ਪਾਸਿਓਂ ਲੜਨੇ ਉਹ ਥੱਲੇ ਲੈ ਕੇ ਆਉਣੇ ਨੇ। ਤਰੀਕਾ ਫਿਰ ਇਸ ਲੜ ਦਾ ਜਿਸ ਤਰ੍ਹਾਂ ਆਪ ਜੀ ਨੂੰ ਪਹਿਲਾਂ ਵਾਲੇ ਹੁਣ ਤੱਕ ਦੇ ਲੜਾਂ ਦੇ ਵਿੱਚ ਬੋਲ ਕੇ ਦੱਸਿਆ ਗਿਆ ਹੈ, ਤਰੀਕਾ ਸਾਰੇ ਪੇਚਾਂ 'ਚ ਬਿਲਕੁਲ ਸੇਮ ਆ ਜੀ। ਪੂਣੀ ਨੂੰ ਥੋੜ੍ਹੀ ਚੜ੍ਹਾਈ ਦੇ ਵਿੱਚ ਰੱਖੋ ਅਤੇ ਉਹਦੇ ਨਾਲ ਆਸਾਨੀ ਦੇ ਨਾਲ ਇੱਕ ਜੋ ਪੇਚ ਆ ਉਹਦੇ ਵਿੱਚੋਂ ਚਾਰ ਪੇਚ ਨਿਕਲ ਜਾਣਗੇ। ਚਾਰ ਜੋ ਪੇਚ ਕੱਢੇ ਨੇ ਉਹਨਾਂ ਨੂੰ ਫਿਰ ਥੋੜ੍ਹਾ ਜਿਹਾ ਸੈੱਟ ਕਰਕੇ ਅੱਗੇ ਲਿਆਉਣਾ ਹੈ, ਜਿਸ ਤਰ੍ਹਾਂ ਵੀਡੀਓ ਦੇਖ ਰਹੇ ਹੋ ਜੀ। ਉਸ ਤੋਂ ਬਾਅਦ ਜੋ ਪੇਚਾਂ ਨੂੰ ਆਪਾਂ ਸੈੱਟ ਕਰ ਲੈਣਾ ਹੈ, ਅਤੇ ਜੋ ਥੱਲੜਾ ਪੇਚ ਆਪਾਂ ਲਗਾਉਣਾ ਹੈ ਉਹਨੂੰ ਮੋਟਾ, ਅਤੇ ਉਹਦੇ ਉੱਪਰ ਜੋ ਪੇਚ ਲਗਾਉਣਾ ਉਸਨੂੰ ਪਤਲਾ ਕਰਕੇ ਲਗਾਉਣਾ ਹੈ। ਅਤੇ ਜੋ ਦੂਸਰੇ ਦੋ ਪੇਚ ਰਹਿ ਗਏ ਨੇ ਉਹਨਾਂ ਦਾ ਤਰੀਕਾ ਵੀ ਸੇਮ ਬਿਲਕੁਲ ਇਸੇ ਤਰ੍ਹਾਂ, ਇੱਕ ਪੇਚ ਨੂੰ ਮੋਟਾ ਅਤੇ ਉਹਦੇ ਉੱਪਰ ਜੋ ਪੇਚ ਬਿਲਕੁਲ ਨਾਲ ਲਗਾਉਣਾ ਹੈ ਉਸਨੂੰ ਪਤਲਾ ਕਰਕੇ ਲਗਾ ਦੇਣਾ ਹੈ। ਬਹੁਤ ਵੀਰਾਂ ਦਾ ਮੈਸੇਜ ਆਉਂਦਾ ਜੀ, ਜੋ ਵੀਡੀਓ ਆਪਾਂ ਪੱਗ ਦੀ ਅਪਲੋਡ ਕਰਦੇ ਹਾਂ ਕੁਝ ਬਹੁਤ ਹੀ ਜ਼ਿਆਦਾ ਸਿੰਪਲ ਗੱਲਾਂ ਹੁੰਦੀਆਂ ਨੇ ਜੋ ਦੇਖ ਕੇ ਵੀ ਨਹੀਂ ਸਮਝ ਲੱਗਦੀਆਂ, ਅਤੇ ਵੀਰ ਬਾਅਦ ਦੇ ਵਿੱਚੋਂ ਵਾਰ ਵਾਰ ਉਹੀ ਗੱਲ ਰਿਪੀਟ ਕਰਕੇ ਪੁੱਛਦੇ ਆ ਉਹਨਾਂ ਨੂੰ ਆ ਜੀ। ਜਿਹੜਾ ਵੀਡੀਓ ਦੇ ਵਿੱਚ ਬੋਲ ਕੇ ਦੱਸਿਆ ਜਾਂਦਾ ਨਾਲ ਦੀ ਨਾਲ ਜੀ, ਉਹਨੂੰ ਧਿਆਨ ਦੇ ਨਾਲ ਸੁਣਿਆ ਕਰੋ, ਜਿੱਥੋਂ ਜਿਵੇਂ ਜਿਵੇਂ ਆਪਾਂ ਬੋਲਦੇ ਹਾਂ ਉਸੇ ਤਰ੍ਹਾਂ ਹੱਥਾਂ ਦੀ ਉਹ ਸਟੈਪ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਿਆ ਕਰੋ, ਬਾਅਦ ਦੇ ਵਿੱਚੋਂ ਪੁੱਛਣ ਦੀ ਕੋਈ ਗੱਲ ਨਹੀਂ ਰਹਿ ਜਾਵੇਗੀ ਫਿਰ। ਜੋ ਵੀਡੀਓ ਹਰੇਕ ਆਪਾਂ ਲੈ ਕੇ ਆਉਂਦੇ ਹਾਂ ਕੋਸ਼ਿਸ਼ ਕਰੀਦੀ ਆ ਵੀਡੀਓ ਦੇ 'ਚ ਜੋ ਜਿਸ ਤਰ੍ਹਾਂ ਆਪ ਜੀ ਨੇ ਕਿਹਾ ਵੀ ਜੋ ਵੀਰ ਕਹਿੰਦੇ ਆ ਵੀ ਆਹ ਪੱਗ ਦੀ ਵੀਡੀਓ ਨਹੀਂ ਪਾਈ ਇਹਦੀ ਪਾਓ, ਉਸ ਤਰ੍ਹਾਂ ਵੀਡੀਓ ਆਪਾਂ ਲੈ ਆਉਂਦੇ ਹਾਂ ਅਤੇ ਬਿਲਕੁਲ ਸੌਖੇ ਤਰੀਕੇ ਦੇ ਨਾਲ ਜੋ ਆਪਾਂ ਪੱਗ ਆ ਉਹ ਬੰਨ੍ਹਦੇ ਹਾਂ, ਅਤੇ ਬਿਲਕੁਲ ਸੌਖਾ ਤਰੀਕਾ ਹੀ ਨਾਲ ਬੋਲ ਕੇ ਦੱਸਿਆ ਜਾਂਦਾ, ਕੋਈ ਔਖਾ ਨਹੀਂ।
ਬਸ ਦੇਖਣ ਦੇ ਨਾਲ ਦੇ ਨਾਲ ਜੋ ਆਡੀਓ ਵਿੱਚ ਬੋਲਿਆ ਜਾਂਦਾ ਉਹਨੂੰ ਧਿਆਨ ਨਾਲ ਸੁਣਨ ਦੀ ਲੋੜ ਆ। ਜਿਸ ਤਰ੍ਹਾਂ ਵੇ ਦੇਖ ਰਹੇ ਹੋ ਜੀ, ਆਵਾਜ਼ ਦੀ ਮਦਦ ਦੇ ਨਾਲ ਜੋ ਪੇਚ ਨੇ ਉਹਨਾਂ ਨੂੰ ਨਾਲ ਦੀ ਨਾਲ ਆਵਾਜ਼ ਫੇਰ ਕੇ ਹਲਕਾ ਜਿਹਾ ਮੋਟਾ ਕਰ ਲੈਣਾ ਹੈ, ਅਤੇ ਜੋ ਉੱਪਰਲਾ ਪੱਲਾ ਪਤਲਾ ਹੈ ਉਹਦੇ ਬਿਲਕੁਲ ਉੱਪਰਲੇ ਪਾਸੇ ਲਗਾ ਦੇਣਾ ਹੈ। ਸਾਰੇ ਪੇਚਾਂ ਦੇ ਵਿੱਚ ਤਰੀਕਾ ਸੇਮ ਰਹੇਗਾ ਜੀ। ਜੇਕਰ ਜਿਸ ਤਰ੍ਹਾਂ ਕਿ ਟੋਟਲ ਇਹ ਪੇਅਰ ਦੋ ਬਣਦੇ ਨੇ, ਇੱਕ ਪੇਜ ਦੇ ਵਿੱਚੋਂ ਚਾਰ ਪੇਜ ਨਿਕਲਦੇ ਨੇ। ਜੇਕਰ ਤੁਸੀਂ ਪੇਅਰ ਤਿੰਨ ਬਣਾਉਣੇ ਨੇ ਉਹਦੇ ਲਈ ਪੇਜ ਤੁਹਾਨੂੰ ਛੇ ਕੱਢਣੇ ਪੈਣਗੇ ਉਹਦੇ ਲਈ, ਅਤੇ ਇਹਨਾਂ ਦਾ ਗੈਪ ਥੋੜ੍ਹਾ ਘਟਾਉਣਾ ਪਵੇਗਾ ਅਤੇ ਬੰਨਣ ਨੂੰ ਟਾਈਮ ਵੀ ਥੋੜ੍ਹਾ ਜ਼ਿਆਦਾ ਲੱਗੇਗਾ। ਜੇਕਰ ਪੇਅਰ ਚਾਰ ਬਣਾਉਣੇ ਨੇ ਪੇਜ ਅੱਠ ਬਣਾਉਣੇ ਪੈਣਗੇ, ਇੱਕ ਪੇਜ ਦੇ ਵਿੱਚ ਅੱਠ ਪੇਜ ਕੱਢਣੇ ਪੈਣਗੇ। ਜਿਵੇਂ ਜਿਵੇਂ ਪੇਅਰ ਵਧੀ ਜਾਣਗੇ ਪੱਗ ਦਾ ਪੇਚਾਂ ਦਾ ਜੋ ਸਾਈਜ਼ ਆ ਉਹ ਘਟੀ ਜਾਊ ਅਤੇ ਬੰਨਣ ਦਾ ਟਾਈਮ ਆ ਉਹ ਵੱਧ ਜਾਵੇਗਾ। ਬਹੁਤ ਵੀਰ ਕਹਿੰਦੇ ਆ ਵੀ ਜੋ ਕਿ ਸਟਾਈਲ ਹੁੰਦੇ ਆ ਵੀ ਜਿਨ੍ਹਾਂ ਨੂੰ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ, ਕਹਿ ਦਿੰਦੇ ਆ ਵੀ ਉਹਨਾਂ ਦੀ ਵੀ ਵੀਡੀਓ ਅਪਲੋਡ ਕਰੋ, ਅਤੇ ਜਿੰਨਾ ਵੀਰ ਪੋਸੀਬਲ ਹੁੰਦਾ ਜੀ ਆਪਾਂ ਵੀਡੀਓ ਅਪਲੋਡ ਕਰ ਦਈਦੀ ਆ। ਵੀਡੀਓ ਦੇ ਵਿੱਚ ਕੋਈ ਐਡੀਟਿੰਗ ਨਹੀਂ ਕੀਤੀ ਜਾਂਦੀ, ਸਿੰਪਲ ਜਿਸ ਤਰ੍ਹਾਂ ਲਾਈਵ ਪੱਗ ਬੰਨਦਾ ਬਿਲਕੁਲ ਉਸੇ ਤਰ੍ਹਾਂ ਪੱਗ ਬੰਨੀ ਹੁੰਦੀ ਆ। ਕੋਈ ਵੀਡੀਓ ਦਾ ਤੇਜ਼ ਹੌਲੀ ਜਾਂ ਦਾ ਕੁਛ ਨਹੀਂ ਕਰਿਆ ਹੁੰਦਾ, ਸਿੰਪਲ ਜਿਸ ਤਰ੍ਹਾਂ ਪਹਿਲਾ ਲੜ ਲਗਾਉਣਾ ਉੱਥੇ ਤੋਂ ਕੈਮਰਾ ਔਨ ਹੋ ਜਾਂਦਾ ਅਤੇ ਬਿਲਕੁਲ ਅਖੀਰ ਕੰਪਲੀਟ ਤੱਕ ਉਨਾ ਹੀ ਪੱਗ ਦਾ ਟਾਈਮ ਰਹਿੰਦਾ। ਅਤੇ ਜਿਸ ਤਰ੍ਹਾਂ ਕਿ ਹੁਣ ਦੋ ਪੇਅਰਾਂ ਨੂੰ ਤਕਰੀਬਨ 20 ਮਿੰਟ ਤੋਂ ਜ਼ਿਆਦਾ ਸਮਾਂ ਲੱਗ ਜਾਂਦਾ, ਅਤੇ ਉਹਦੇ ਲਈ ਜਿਸ ਤਰ੍ਹਾਂ ਤਿੰਨ ਜਾਂ ਚਾਰ ਬਣਾਉਣੇ ਉਸ ਲਈ ਦੁੱਗਣਾ ਟਾਈਮ ਲੱਗੂਗਾ ਇਹਨੂੰ। ਉਸ ਤੋਂ ਬਾਅਦ ਜੋ ਅਗਲਾ ਲੜ ਹੈ ਜੋ ਪੇਚ ਲਗਾਏ ਸੀ ਉਹਨਾਂ ਤੋਂ ਥੋੜ੍ਹਾ ਜਿਹਾ ਥੱਲੇ ਰੱਖ ਲੈਣਾ ਹੈ, ਅਤੇ ਸਾਹਮਣਿਓਂ ਜਿਸ ਤਰ੍ਹਾਂ ਕਿ ਪਹਿਲਾਂ ਵਾਲੇ ਪੇਚਾਂ ਦੇ ਵਿੱਚ ਵੀ ਪੇਚ ਕੱਢੇ ਸੀ ਸੇਮ ਉਸੇ ਤਰੀਕੇ ਦੇ ਨਾਲ ਪੇਚਾਂ ਨੂੰ ਕੱਢ ਲੈਣਾ ਹੈ। ਪਹਿਲੇ ਲੜ ਦੇ ਵੀ ਦੋ ਪੇਅਰ ਬਣ ਗਏ ਨੇ ਜੀ, ਦੂਸਰੇ ਲੜ ਦੇ ਵੀ ਦੋ ਪੇਅਰ ਬਣ ਗਏ ਨੇ, ਤੀਸਰੇ ਦੇ ਵੀ ਦੋ, ਚੌਥੇ ਦੇ ਵੀ ਦੋ, ਟੋਟਲ ਇਹ ਅੱਠ ਪੇਅਰ ਬਣ ਗਏ ਨੇ ਜੀ। ਅਤੇ ਜੋ ਪੰਜਵਾਂ ਲੜ ਹੈ ਇਹਦੇ ਇੱਕ ਪੇਅਰ ਇਹਦਾ ਪੂਰਾ ਕੰਪਲੀਟ, ਅਤੇ ਜੋ ਦੂਸਰਾ ਪੇਅਰ ਹੈ ਉਹ ਸਿੰਪਲ ਇੱਕ 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 ਸਿੰਗਲ ਲੜ ਲਗਾ ਲੈਣਾ ਹੈ। ਅਤੇ ਜੋ ਛੇਵਾਂ ਲੜ ਲੱਗੇਗਾ ਉਹਦੇ ਨਾਲ ਸਿੰਗਲ ਲੜ ਲਗਾ ਕੇ ਇੱਕ ਪੇਅਰ ਕੰਪਲੀਟ ਕਰਕੇ ਟੋਟਲ ਜੋ 10 ਪੇਅਰ ਨੇ ਉਹ ਬਣ ਜਾਣਗੇ, ਲੜ ਟੋਟਲ 20 ਹੋ ਜਾਣਗੇ।
ਸੋ ਵੀਰਾਂ ਨੂੰ ਬੇਨਤੀ ਹੈ ਜੀ, ਨਾਲ ਦੀ ਨਾਲ ਧਿਆਨ ਰੱਖਿਓ। ਜਿੰਨਾ ਵੀਰੇ ਪੋਸੀਬਲ ਹੁੰਦਾ ਜੀ, ਆਪਾਂ ਵੀਡੀਓ ਅਪਲੋਡ ਕਰ ਦਈਦੀ ਆ ਜੀ। ਜਿਸ ਤਰ੍ਹਾਂ ਵੀਰ ਕਹਿੰਦੇ ਆ ਜੀ, ਮਲਟੀਪਲ ਪੇਚਾਂ ਵਾਲੀ ਜਾਂ ਇੱਕ ਲੜ ਦੇ ਵਿੱਚੋਂ ਘੱਟੋ ਘੱਟ ਜ਼ਿਆਦਾ ਨਹੀਂ ਤਾਂ 10 ਲੜ ਕੱਢ ਕੇ ਉਹਦੀ ਵੀਡੀਓ ਅਪਲੋਡ ਕਰੋ। ਉਹਦੇ ਲਈ ਵੀਰੇ ਟਾਈਮ ਜ਼ਿਆਦਾ ਚਾਹੀਦਾ, ਜਿਸ ਤਰ੍ਹਾਂ ਕਿ ਹੁਣ ਦੇਖੋ 4 ਕੱਢੇ ਨੇ, ਇਹਦੇ ਲਈ 20 ਮਿੰਟ ਦਾ ਸਮਾਂ ਲੱਗਦਾ। 8 ਕੱਢਾਂਗੇ ਤਾਂ 40 ਮਿੰਟ, ਅਤੇ ਘੰਟਾ ਮੰਨ ਕੇ ਚੱਲੋ, ਘੰਟੇ ਦੀ ਵੀਡੀਓ ਵੀ ਬਹੁਤ ਲੰਬੀ ਹੋ ਜਾਂਦੀ ਆ। ਉਹਦੇ ਲਈ ਕੋਸ਼ਿਸ਼ ਜ਼ਰੂਰ ਕਰਾਂਗੇ ਜੀ, ਵੀਡੀਓ ਦਾ ਆਪਾਂ ਫੁੱਲ ਵੀਡੀਓ ਆਪਾਂ ਅਪਲੋਡ ਕਰੀਏ। ਬਾਕੀ ਜੇ ਫੁੱਲ ਵੀਡੀਓ ਨਾ ਅਪਲੋਡ ਕੀਤੀ ਗਈ, ਉਹਦੇ ਕੱਲਾ ਕੱਲਾ ਲੜ ਕਰਕੇ ਕੁਝ ਟਿਪਸ ਤਾਂ ਜ਼ਰੂਰ ਦੱਸਾਂਗੇ। ਬਾਕੀ ਜੋ ਵੀਰ ਨੇ ਜੀ, ਜਿਸ ਤਰ੍ਹਾਂ ਕਿ ਜੇਕਰ ਕੋਈ ਹੋਰ ਸਟਾਈਲ ਉਹਨਾਂ ਦੇ ਹੈ ਵੀ ਮਨ ਦੇ ਵਿੱਚ ਰਹਿ ਗਿਆ ਹੈ, ਉਹਦੇ ਬਾਰੇ ਵੀ ਦੱਸ ਸਕਦੇ ਆ। ਜੋ ਵੀਰ ਆਹ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਜੀ, ਉਹਨਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਹੋਵੇਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤੇ ਜੋ ਵੀਰ ਆਹ ਵੀਡੀਓ ਵੇਖ ਕੇ ਉਹਨਾਂ ਦੇ ਮਨ ਦੇ ਵਿੱਚ ਹੋਵੇਗਾ, ਜੇ ਉਹਨਾਂ ਨੇ ਬਾਕੀ ਵੀਡੀਓ ਨਹੀਂ ਦੇਖੀਆਂ, ਕੋਈ ਵੀਰ ਪਹਿਲਾਂ ਹੀ ਇਹ ਵੀਡੀਓ ਦੇਖਦੇ ਆ ਤੇ ਉਹਨਾਂ ਨੂੰ ਬਾਕੀ ਵੀਡੀਓ ਬਾਰੇ ਨਹੀਂ ਪਤਾ, ਤੇ ਫਿਰ ਉਹ ਮੈਸੇਜ ਕਰਦੇ ਆ ਵੀ ਇਹ ਪੱਗ ਦੀ ਵੀਡੀਓ ਅਪਲੋਡ ਕਰੋ, ਜਿਸ ਤਰ੍ਹਾਂ ਬੱਟਾਂ ਵਾਲੀ, ਤਰਸੇਮ ਜੱਸੜ ਵਰਗੀ, ਪਟਿਆਲਾ ਸ਼ਾਹੀ, ਮੋਰਨੀ, ਮੋਰਨੀ ਦੇ ਵਿੱਚ ਜਿਸ ਤਰ੍ਹਾਂ 1 ਤੋਂ 2 ਲੜ। ਉਹਨਾਂ ਨੂੰ ਬੇਨਤੀ ਹੈ ਜੀ, ਪਹਿਲਾਂ ਆਪਣੇ ਚੈਨਲ ਨੂੰ ਓਪਨ ਕਰ ਲਿਓ। ਓਪਨ ਕਰਕੇ ਚੈਨਲ ਦੀਆਂ ਜੋ ਵੀਡੀਓ ਨੇ ਉਹ ਓਪਨ ਕਰ ਲਿਓ, ਉਹਦੇ ਵਿੱਚ ਸਾਰੀਆਂ ਹੀ ਵੀਡੀਓ ਮਿਲ ਜਾਣਗੀਆਂ। ਅਤੇ ਚੈਨਲ ਦਾ ਨੇਮ ਹੈ ਜੀ ਟਰਬਨ ਕਿੰਗ ਜਸਕਰਨਦੀਪ ਸਿੰਘ, ਸਰਚ ਕਰਕੇ ਸਭ ਤੋਂ ਪਹਿਲਾਂ ਜੋ ਟਰਬਨ ਕਿੰਗ ਜਸਕਰਨਦੀਪ ਸਿੰਘ ਨਾਮ ਦਾ ਚੈਨਲ ਓਪਨ ਹੋਊਗਾ। ਚੈਨਲ ਨੂੰ ਓਪਨ ਕਰਕੇ ਵੀਡੀਓ ਸਬਸਕ੍ਰਾਈਬ ਕਰ ਲਿਓ, ਵੀਡੀਓ ਦੇ ਵਿੱਚ ਜਾ ਕੇ ਜੋ ਵੀਡੀਓ ਹੋਣਗੀਆਂ ਸਾਰੀਆਂ ਦੇਖ ਸਕਦੇ ਹੋ। ਜਿਸ ਤਰ੍ਹਾਂ ਕਿ 5ਵੇਂ ਦੇ ਵੀ ਇੱਕ ਸਿੰਗਲ ਲਗਾਇਆ, ਇਹਦਾ ਪੇਅਰ ਕਿਉਂ ਨਹੀਂ ਬਣਾਇਆ, ਕਿਉਂਕਿ ਵੀਰੇ ਜੇ ਇਹਦਾ ਪੇਅਰ ਬਣਾਉਣੇ ਤਾਂ ਉੱਪਰਲਾ ਜੋ ਲੜ ਹੈ ਉਹ ਸਿੰਗਲ ਰਹਿ ਜਾਣਾ ਹੈ, ਅਤੇ ਜੇਕਰ ਉਹਦੇ ਪੇਅਰ ਬਣਾਉਣੇ ਆ ਤਾਂ ਇਹ ਲੜ ਪਤਲਾ ਹੋਣ ਕਰਕੇ ਲੜ ਦੇ ਵਿੱਚ ਮੋਟਾਈ ਘੱਟ ਆਉਂਦੀ ਹੈ। ਇਸ ਕਰਕੇ ਜੋ 5ਵਾਂ ਲੜ ਸੀ ਉਹਦਾ 1 ਸਿੰਗਲ ਰੱਖ ਲਿਆ, ਅਤੇ ਇਹ ਲੜ ਨਾਲ ਸਿੰਪਲ ਸਿੰਗਲ ਲੜ ਲੱਗ ਕੇ ਉਹਦਾ ਜੋ ਪੇਅਰ ਆ ਕੰਪਲੀਟ ਹੋ ਕੇ ਟੋਟਲ 10 ਪੇਅਰ ਬਣ ਜਾਣਗੇ, ਅਤੇ ਪੇਜ ਟੋਟਲ 20 ਹੋਣਗੇ। ਉਮੀਦ ਆ ਵੀਰਾਂ ਨੂੰ ਜੀ ਵੀਡੀਓ ਪਸੰਦ ਆਵੇਗੀ। ਬਾਕੀ ਵੀਰਾਂ ਨੂੰ ਬੇਨਤੀ ਹੈ ਜੀ, ਵੀਡੀਓ ਦੇਖਦੇ ਨੇ ਵੀਡੀਓ ਨੂੰ ਸ਼ੇਅਰ ਕਰਿਓ ਜੀ, ਤਾਂ ਜੋ ਹੋਰ ਵੀਰ ਜਿਨ੍ਹਾਂ ਨੂੰ ਵੀਡੀਓ ਬਾਰੇ ਨਹੀਂ ਪਤਾ ਉਹਨਾਂ ਕੋਲ ਆਪਣੀ ਵੀਡੀਓ ਪਹੁੰਚ ਸਕੇ, ਅਤੇ ਉਹ ਵੀ ਘਰ ਬੈਠੇ ਪੱਗ ਬੰਨ੍ਹਣੀ ਸਿੱਖ ਸਕਣ। ਤਕਰੀਬਨ ਪੱਗ ਦੀ ਫਿਨਿਸ਼ਿੰਗ ਹੋ ਗਈ ਹੈ ਜੀ,
ਲਾਸਟ ਲੜ ਤੇ ਸਿਰ ਢੱਕਣਾ ਰਹਿੰਦਾ ਹੈ। ਉਸ ਤੋਂ ਬਾਅਦ ਜੋ ਉੱਪਰਲੀਆਂ ਟਰਨਾਂ ਨੇ ਉਹਨਾਂ ਨੂੰ ਵੀ ਨਾਲ ਦੀ ਨਾਲ ਹੀ ਆਵਾਜ਼ ਦੀ ਮਦਦ ਨਾਲ ਸਹੀ ਕਰ ਸਕਦੇ ਹਾਂ ਜੀ ਆਪਾਂ। ਉਹਨਾਂ ਦੇ ਵਿੱਚ ਜਿਸ ਤਰ੍ਹਾਂ ਵੀਡੀਓ ਦੇਖ ਰਹੇ ਹੋ, ਆਵਾਜ਼ ਮਾਰਨਾ ਹੈ ਫਰੰਟ ਤੋਂ ਬੈਕ ਅਤੇ ਬੈਕ ਤੋਂ ਫਰੰਟ, ਅੱਗੇ ਪਿੱਛੇ, ਪਿੱਛੇ ਤੋਂ ਅੱਗੇ ਵਾਲੀ ਸਾਈਡ ਨੂੰ ਜੋ ਆਵਾਜ਼ ਹੈ ਉਹ ਫੇਰਨਾ ਹੈ। ਜਿਸ ਤਰ੍ਹਾਂ ਕਿ ਹੁਣ ਜੋ ਡਬਲ ਲੜ ਕੀਤੇ ਨੇ ਜੀ, ਇੱਕ ਮੋਟਾ ਪਤਲਾ, ਇਹਨਾਂ ਵਿੱਚ ਜਦੋਂ ਆਵਾਜ਼ ਫੇਰਨਾ ਹੈ ਚਾਹੇ ਤੋ ਥੱਲੇ ਤੋਂ ਸਟਾਰਟ ਉੱਪਰ ਵੱਲ ਨੂੰ ਕਰ ਲਓ, ਉੱਪਰ ਤੋਂ ਥੱਲੇ ਵੱਲ ਨੂੰ ਸਟਾਰਟ ਕਰ ਲਓ। ਪਹਿਲਾਂ ਇਕੱਲੇ ਇਕੱਲੇ ਲੜ ਦੇ ਵਿੱਚ ਆਵਾਜ਼ ਫੇਰਨਾ, ਅਤੇ ਜਿਸ ਤਰ੍ਹਾਂ ਹੀ ਨਾਲ ਜਿਹਾ ਆਵਾਜ਼ ਫੇਰ ਲੈਂਦੇ ਹੋ ਅਤੇ ਹਲਕਾ ਹਲਕਾ ਜੋ ਪੇਚ ਨੇ ਡਬਲ ਕੀਤੇ ਹੋਏ ਦੋ ਪੇਅਰ ਬਣਾਏ ਨੇ ਉਹਨਾਂ ਨੂੰ ਹਲਕਾ ਜਿਹਾ ਪਿੰਚ ਕਰ ਦੇਣਾ ਹੈ ਬਿਲਕੁਲ ਨਰਮ ਹੱਥਾਂ ਦੇ ਨਾਲ। ਇਹਦੇ ਨਾਲ ਜੋ ਡਬਲ ਆਪਣੇ ਪੇਅਰ ਕੀਤੇ ਹੋਏ ਨੇ ਉੱਪਰਲਾ ਜੋ ਪਤਲਾ ਆਪਾਂ ਲੜ ਰੱਖਿਆ ਉਹਦੇ ਬਿਲਕੁਲ ਉੱਪਰ ਆ ਜਾਵੇਗਾ, ਦੇਖਣ ਨੂੰ ਹੋਰ ਜ਼ਿਆਦਾ ਸੋਹਣੇ ਲੱਗਣਗੇ। ਇਹਨਾਂ ਦੀ ਸਫਾਈ ਹੈ ਉਹ ਵੱਧ ਜਾਵੇਗੀ। ਜਿਸ ਤਰ੍ਹਾਂ ਵੀਡੀਓ ਦੇਖ ਰਹੇ ਹੋ, ਨਾਲ ਦੀ ਨਾਲ ਪਿੰਚ ਕਰਨ ਦੇ ਨਾਲ ਜੋ ਇਹਨਾਂ ਦੀ ਸਫਾਈ ਹੈ ਉਹ ਵੀ ਵੱਧ ਗਈ ਆ, ਦੇਖਣ ਨੂੰ ਹੋਰ ਸੋਹਣੇ ਲੱਗਦੇ ਆ ਜੀ। ਕਈ ਵਾਰ ਜੋ ਵੀਰ ਪਹਿਲੀ ਵਾਰੇ ਪੱਗ ਦੀ ਟਰਾਈ ਕਰਨਗੇ ਉਹਨਾਂ ਲਈ ਥੋੜ੍ਹਾ ਔਖਾ ਆ ਸਕਦਾ, ਇਸ ਲਈ ਜੋ ਪਿੰਚ ਕੀਤਾ ਇਹਦੇ ਨਾਲ ਕਾਫੀ ਹੱਦ ਤੱਕ ਸੌਖਾ ਹੋ ਜਾਵੇਗਾ। ਉਸ ਤੋਂ ਬਾਅਦ ਆਪਾਂ ਲਾਸਟ ਲੜ ਹੈ ਉਹ ਲਗਾਉਣਾ ਹੈ। ਲਾਸਟ ਲੜ ਲਗਾਉਣ ਵੇਲੇ ਸਭ ਜਿੱਥੇ ਸੈਂਟਰ ਦੇ ਵਿੱਚ ਆਪਾਂ ਲੜ ਮੋੜੇ ਸੀ ਉੱਥੇ ਪੱਗ ਪਿੰਨ ਨੂੰ ਲਗਾ ਦੇਣਾ ਹੈ। ਪੱਗ ਪਿੰਨ ਲਗਾ ਕੇ ਫਿਰ ਜੋ ਲਾਸਟ ਲੜ ਹੈ ਆਪਣਾ ਉਹਨੂੰ ਲਗਾਉਣਾ ਹੈ। ਲੜ ਨੂੰ ਉਹਨਾਂ ਦੋਨਾਂ ਪਾਸਿਆਂ ਤੋਂ ਅੰਦਰ ਨੂੰ ਫੋਲਡ ਕਰ ਲੈਣਾ ਹੈ, ਜਿਸ ਤਰ੍ਹਾਂ ਵੀਡੀਓ ਦੇਖ ਰਹੇ ਹੋ, ਥੱਲਿਓਂ ਉੱਪਰ ਅਤੇ ਉੱਪਰੋਂ ਥੱਲੇ ਵਾਲੇ ਪਾਸੇ ਨੂੰ ਜੋ ਲੜ ਹੈ ਆਪਣਾ ਫੋਲਡ ਕੀਤਾ ਹੋਇਆ ਹੈ। ਇਹਦੇ ਨਾਲ ਜੋ ਲੜ ਹੈ ਉਹਦੀ ਤਹਿ ਵੱਜ ਜਾਂਦੀ ਆ। ਲੜ ਲਾਉਣ ਲਈ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ, ਲੜ ਦੀ ਜੋ ਸਫਾਈ ਹੈ ਸੌਖੀ ਆ ਜਾਂਦੀ ਹੈ ਅਤੇ ਦੋਨਾਂ ਪਾਸਿਆਂ ਤੋਂ ਲੋੜ ਮੁਤਾਬਕ ਲੜ ਹੈ ਜੋ ਮੋੜ ਲੈਣਾ ਹੈ। ਅੱਖ ਵਾਲੇ ਪਾਸੇ ਜਿੱਥੇ ਗੱਲ ਤੱਕ ਆਪਣੇ ਪਹਿਲਾਂ ਵਾਲੇ ਲੜ ਖੋਲ੍ਹੇ ਹੋਏ ਨੇ ਉੱਥੇ ਤੱਕ ਜੋ ਹੈ ਲੜ ਨੂੰ ਖੋਲ੍ਹ ਲੈਣਾ ਹੈ ਅਤੇ ਸਾਹਮਣੇ ਜਿੱਥੇ ਆਪਾਂ ਪੱਗ ਪਿੰਨ ਲਗਾਇਆ ਹੋਇਆ ਹੈ ਉਹ ਲੜ ਨੂੰ ਉਹ ਪੱਗ ਪਿੰਨ ਦੇ ਬਿਲਕੁਲ ਥੱਲੇ ਲਿਆਉਣਾ ਹੈ। ਥੱਲੇ ਲਿਆ ਕੇ ਲੜ ਨੂੰ ਬਟਾ ਪਾ ਕੇ ਹਲਕਾ ਜਿਹਾ ਜੋ ਲਾਸਟ ਲੜ ਜਿਸ ਤਰ੍ਹਾਂ ਮਰੋੜੀ ਦੇਣੀ ਹੈ ਆਪਦੇ ਪੇਚ ਦੇ ਵਿੱਚ ਬਿਲਕੁਲ ਪੱਗ ਪਿੰਨ ਦੇ ਥੱਲੇ ਲਗਾਉਣਾ ਹੈ। ਥੱਲੇ ਲਿਆ ਕੇ ਹਲਕਾ ਜਿਹਾ ਲੜ ਨੂੰ ਮੋੜ ਕੇ ਲਗਾਉਣਾ ਹੈ। ਕਈ ਵੀਰਾਂ ਦੀ ਪੱਗ ਪਿੰਨ ਨਹੀਂ ਟਿਕ ਪਾਉਂਦੀ ਜੀ, ਉਹਨਾਂ ਨੂੰ ਵੀ ਬੇਨਤੀ ਹੈ ਜੀ ਪੱਗ ਪਿੰਨ ਦੀ ਕੁਆਲਿਟੀ ਥੋੜ੍ਹੀ ਜਿਹੀ ਵਧੀਆ 'ਚ ਲੈ ਲਿਆ ਕਰੋ। ਜਿਸ ਤਰ੍ਹਾਂ ਕਿ ਪੱਗ ਪਿੰਨ ਥੋੜ੍ਹੇ ਹੈਵੀ ਆਉਂਦੇ ਆ ਉਹ ਲੈ ਕੇ
ਅਤੇ ਕੋਸ਼ਿਸ਼ ਕਰਿਆ ਕਰੋ ਉਹਨੂੰ ਬਿਲਕੁਲ ਸੈਂਟਰ ਦੇ ਵਿੱਚ ਲਗਾਇਆ ਜਾਵੇ, ਅਤੇ ਜਿੱਥੇ ਪੱਗ ਪੈਣੇ ਬਿਲਕੁਲ ਹਿੱਲੇ ਨਾ, ਲੜ ਨੂੰ ਹਲਕਾ ਜਿਹਾ ਮੋੜ ਕੇ ਬਟਾ ਪਾ ਕੇ ਉਸ ਤੋਂ ਬਾਅਦ ਉੱਪਰਲੇ ਪਾਸੇ ਜਿਸ ਤਰ੍ਹਾਂ ਵੀਡੀਓ ਦੇਖ ਰਹੇ ਹੋ ਖੋਲ੍ਹ ਕੇ ਲਾਸਟ ਲੜ ਨੂੰ ਲਗਾ ਦੇਣਾ ਹੈ। ਬਾਕੀ ਜੋ ਲੜ ਰਹਿ ਜਾਂਦਾ ਹੈ ਉੱਪਰਲੇ ਪਾਸੇ ਉਸਨੂੰ ਦੱਬ ਦੇਣਾ ਹੈ। ਲਓ ਜੀ ਆਪਣੀ ਪੱਗ ਕੰਪਲੀਟ ਹੋਣ ਵਾਲੀ ਹੈ, ਕੱਲਾ ਜੋ ਆਪਣਾ ਸੈੱਟ ਰੱਖਣਾ ਉਹ ਰਹਿੰਦਾ ਹੈ। ਅਤੇ ਚੈਨਲ 'ਤੇ ਆਪ ਜੀ ਨੂੰ ਤਕਰੀਬਨ ਸਾਰੀਆਂ ਪੱਗਾਂ ਦੀਆਂ ਵੀਡੀਓ ਮਿਲ ਜਾਣਗੀਆਂ। ਅਤੇ ਆਪਣਾ ਪਹਿਲਾ ਚੈਨਲ ਹੈ ਜੀ ਜਿਹਦੇ 'ਤੇ ਸਭ ਤੋਂ ਪਹਿਲਾਂ ਜਿੰਨੀਆਂ ਲੇਟੈਸਟ ਪੱਗਾਂ ਨੇ ਉਹਨਾਂ ਦੀਆਂ ਵੀਡੀਓ ਅਪਲੋਡ ਹੋਈਆਂ ਨੇ, ਉਹ ਵੀ ਬਿਨਾਂ ਕਿਸੇ ਐਡੀਟਿੰਗ ਤੋਂ ਬਿਲਕੁਲ ਲਾਈਵ ਵੀਡੀਓ ਨੇ ਜੀ, ਜਿਹਦੇ ਨਾਲ ਆਪ ਜੀ ਨੂੰ ਸਿੱਖਣਾ ਸੌਖਾ ਹੋ ਜਾਂਦਾ ਹੈ। ਅਤੇ ਉੱਪਰਲੇ ਪਾਸਿਓਂ ਸੈੱਟ ਰੱਖ ਕੇ ਦੋਨਾਂ ਪਾਸਿਆਂ ਲੜ ਨੂੰ ਖੋਲ੍ਹ ਕੇ ਚੰਗੀ ਤਰ੍ਹਾਂ ਸਿਰ ਕਵਰ ਕਰ ਲੈਣਾ ਹੈ। ਤਾਂ ਬਾਜ ਦੀ ਮਦਦ ਦੇ ਨਾਲ ਪਹਿਲਾਂ ਇੱਕ ਪਾਸਿਓਂ ਸਿਰ ਕਵਰ ਕਰ ਲਓ, ਫਿਰ ਇੱਕ ਪਾਸਿਓਂ ਜੋ ਸਿਰ ਕਵਰ ਹੋ ਜਾਂਦਾ ਉਸ ਤੋਂ ਬਾਅਦ ਦੂਸਰੇ ਪਾਸਾ ਜੋ ਰਹਿ ਜਾਂਦਾ ਹੈ ਉਹ ਵਾਲੇ ਪਾਸਿਓਂ ਸਿਰ ਨੂੰ ਕਵਰ ਕਰ ਲਓ। ਉਸ ਤੋਂ ਪਿਛਲੇ ਲੜ ਜੋ ਮੂੰਹ ਦੇ ਵਿੱਚ ਆਪਾਂ ਲੜ ਫੜਿਆ ਸੀ ਉਸ ਨੂੰ ਚੰਗੀ ਤਰ੍ਹਾਂ ਖਿੱਚ ਕੇ ਦੋਨਾਂ ਪਾਸਿਆਂ ਤੋਂ ਅੰਦਰ ਨੂੰ ਫੋਲਡ ਕਰਕੇ ਲਗਾ ਦੇਣਾ ਹੈ। ਲਓ ਜੀ ਜੋ ਆਪਣੀ ਪੱਗ ਹੈ ਕੰਪਲੀਟ ਹੋ ਗਈ ਆ, ਉਮੀਦ ਹੈ ਜੀ ਪਸੰਦ ਆਵੇਗੀ। ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੀ, ਵੀਡੀਓ ਦੇਖਣ ਕਿੱਦਾਂ ਲੱਗੀ ਕਮੈਂਟ ਕਰਕੇ ਦੱਸਿਓ, ਜੇ ਕੋਈ ਨੁਕਸ ਹੋਇਆ ਤਾਂ ਉਹ ਵੀ ਸਾਨੂੰ ਦੱਸ ਸਕਦੇ ਹੋ ਜੀ।